ਹਾਂ ਜੀ, ਕਿਵੇਂ ਹੋ? ਸਾਰੇ ਠੀਕ ਹੋ? ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਪਾਂ ਆਪਣੀਆਂ ਕਲਾਸਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਹਾਣੀਆਂ ਬਾਰੇ ਪੜ੍ਹ ਰਹੇ ਹਾਂ, ਅਤੇ ਹੁਣ ਆਪਾਂ ਆਪਣੀ ਅਗਲੀ ਕਹਾਣੀ ਹੈ ਜਿਹੜੀ ਉਹ ਪੜ੍ਹਨੀ ਹੈ, ਦੁੱਧ ਦਾ ਛੱਪੜ। ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਹੈ। ਕੁਲਵੰਤ ਸਿੰਘ ਵਿਰਕ ਪੰਜਾਬੀ ਦਾ ਬਹੁਤ ਪ੍ਰਸਿੱਧ ਕਹਾਣੀਕਾਰ ਹੈ। ਸਿਰਫ ਕਹਾਣੀਆਂ ਹੀ ਲਿਖੀਆਂ ਇਸ ਬੰਦੇ ਨੇ। ਇਹ ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਪੇਸ਼ ਕਰਨ ਵਾਲਾ ਕਹਾਣੀਕਾਰ ਹੈ। ਤੁਸੀਂ ਇੱਕ ਗੱਲ ਚੇਤੇ ਰੱਖਣੀ ਹੈ, ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਪੇਸ਼ ਕਰਨ ਵਾਲਾ ਕਹਾਣੀਕਾਰ। ਠੀਕ ਹੈ, ਗੱਲ ਯਾਦ ਰਹਿ ਜੂਗੀ ਨਾ? ਆ ਦੇਖੋ, ਪੰਜਾਬੀ ਕਹਾਣੀ ਦੇ ਵਿੱਚ ਸਧਾਰਨ ਮਨੁੱਖ ਦੀ ਸਧਾਰਨਤਾ ਪੇਸ਼ ਕਰਨ ਵਾਲਾ ਕਹਾਣੀਕਾਰ। ਦੂਸਰਾ, ਪੰਜਾਬੀ ਕਹਾਣੀ ਨੂੰ ਪਹਿਲੀ ਵਾਰ ਪੰਜਾਬੀਅਤ ਦੇ ਭਰਪੂਰ ਜਲੌ ਸਹਿਤ ਪੇਸ਼ ਕਰਨ ਵਾਲਾ ਕਹਾਣੀਕਾਰ। ਪੰਜਾਬੀਅਤ, ਪੂਰੀ ਪੰਜਾਬੀਅਤ ਭਰਪੂਰ ਕਹਾਣੀ ਲਿਖਣ ਵਾਲਾ ਪਹਿਲਾ ਕਹਾਣੀਕਾਰ ਹੈ ਕੁਲਵੰਤ ਸਿੰਘ ਵਿਰਕ। ਦੋ ਗੱਲਾਂ ਯਾਦ ਰੱਖਣੀਆਂ। ਤੀਸਰੀ ਗੱਲ, ਪੰਜਾਬੀ ਕਹਾਣੀ ਦਾ ਸ਼ਾਹ ਸਵਾਰ ਇਸ ਨੂੰ ਕਿਹਾ ਜਾਂਦਾ ਹੈ, ਪੰਜਾਬੀ ਕਹਾਣੀ ਦਾ ਬਾਦਸ਼ਾਹ ਇਸ ਨੂੰ ਕਿਹਾ ਜਾਂਦਾ ਹੈ। ਚਾਰ ਗੱਲਾਂ ਯਾਦ ਰੱਖਣੀਆਂ। ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਪੇਸ਼ ਕਰਨ ਵਾਲਾ ਕਹਾਣੀਕਾਰ ਹੈ। ਪੰਜਾਬੀ ਕਹਾਣੀ ਨੂੰ ਪਹਿਲੀ ਵਾਰ ਪੰਜਾਬੀਅਤ ਦੇ ਭਰਪੂਰ ਜਲੌ ਵਿੱਚ ਪੇਸ਼ ਕਰਨ ਵਾਲਾ ਕਹਾਣੀਕਾਰ ਹੈ। ਪੰਜਾਬੀ ਕਹਾਣੀ ਦਾ ਸ਼ਾਹ ਸਵਾਰ ਕਿਹਾ ਜਾਂਦਾ ਹੈ ਇਸ ਨੂੰ। ਪੰਜਾਬੀ ਕਹਾਣੀ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਠੀਕ ਹੈ ਬਾਈ, ਗੱਲ ਕਲੀਅਰ? ਸਾਰੀ ਸਾਬਕਾ ਫੌਜੀ ਸੀ ਇਹ ਬਾਈ। ਛਾ ਵੇਲਾ ਧਰਤੀ ਤੇ ਆਕਾਸ਼, ਤੂੜੀ ਦੀ ਪੰਡ, ਇਹ ਕਸਕੇ ਹੰਬਾਰਿਕ, ਦੁੱਧ ਦਾ ਛੱਪੜ, ਗੋਲਾ, ਨਵੇਂ ਲੋਕ, ਆਤਿਸ਼ਬਾਜ਼ੀ ਇਸ ਦੀ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ। ਇਸ ਦੀ ਕਹਾਣੀ ਸੰਗ੍ਰਹਿ ਨਵੇਂ ਲੋਕ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਅੱਗੇ ਸੁਣੋ, ਡੂੰਘੀਆਂ ਮਾਇਨੇ ਖੇਜ ਸਦੀਵੀ ਅਰਥਾਂ ਵਾਲੀਆਂ ਕਹਾਣੀਆਂ ਇਸਨੇ ਰਚੀਆਂ ਬਈ। ਠੀਕ ਹੈ, ਆਹ ਗੱਲਾਂ ਨਹੀਂ ਕੋਈ ਡੀ, ਆਹ ਗੱਲ ਜ਼ਿਆਦਾ ਜ਼ਰੂਰੀ ਹੈ ਬਈ। ਇੱਕ ਤਾਂ ਇਹਦੇ ਕਹਾਣੀ ਸੰਗ੍ਰਹਿ ਤੁਸੀਂ ਯਾਦ ਰੱਖਣੀ ਹੈ, ਇੱਕ ਨਵੇਂ ਲੋਕ ਕਹਾਣੀ ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਆ ਜੋ ਵੀ ਕਹਾਣੀ ਤੇ, ਕਹਾਣੀ ਦਾ ਸਿਰਲੇਖ ਹੈ ਦੁੱਧ ਦਾ ਛੱਪੜ। ਦੁੱਧ ਦਾ ਛੱਪੜ ਜਿਹੜੀ ਕਹਾਣੀ ਹੈ, ਇਹ ਕਿਰਸਾਨੀ ਜੀਵਨ ਅਤੇ ਘਰੇਲੂ ਜੀਵਨ ਦੇ ਇੱਕ ਝਗੜੇ ਨੂੰ ਦਰਸਾਉਂਦੀ ਹੋਈ ਇਹ ਕਹਾਣੀ ਹੈ। ਦੁੱਧ ਦਾ ਛੱਪੜ ਕਹਾਣੀ ਹੈ ਜਿਹੜੀ ਕੁਲਵੰਤ ਸਿੰਘ ਵਿਰਕ ਦੀ, ਇਹ ਕਿਰਸਾਨੀ ਜੀਵਨ ਨੂੰ ਦਰਸਾਉਂਦੀ ਹੈ। ਕਿਰਸਾਨਾਂ ਦਾ ਆਪਸ ਜੀਵਨ, ਕਿਰਸਾਨੀ ਜੀਵਨ ਨੂੰ ਇੱਕ ਤਾਂ ਦਰਸਾਉਂਦੀ ਹੈ, ਦੂਸਰਾ ਇਹ ਕਹਾਣੀ ਹੈ ਜਿਹੜੀ ਇੱਕ ਘਰੇਲੂ ਝਗੜੇ ਨੂੰ ਪੇਸ਼ ਕਰਦੀ ਹੈ। ਘਰੇਲੂ ਝਗੜਾ ਜਿਹੜਾ, ਪਰਿਵਾਰਿਕ ਸਮੱਸਿਆ ਜਿਹੜੀ ਘਰੇਲੂ ਝਗੜੇ ਨੂੰ ਲੈ ਕੇ ਆ, ਜਿਵੇਂ ਉਹ ਪਿਛਲੀ ਕਹਾਣੀ ਆਪਾਂ ਪੜ੍ਹੀ ਸੀ ਨਾ, ਸੰਤੋਖ ਸਿੰਘ ਧੀਰ ਦੀ ਸਾਂਝੀ ਕੰਧ, ਬਸ ਬਿਲਕੁਲ ਉਵੇਂ ਵਰਗੀ ਕਹਾਣੀ ਸਮਝ ਲਓ ਇਸ ਨੂੰ, ਦੁੱਧ ਦਾ ਛੱਪੜ। ਇਹ ਕਹਾਣੀ ਦੇ ਵਿੱਚ ਲਾਲ ਤੇ ਦਿਆਲ ਜਿਹੜੇ ਦੋ ਪਾਤਰ ਹੈ, ਲਾਲ ਤੇ ਦਿਆਲ ਹੈ ਦੋਨੋਂ ਪਾਤਰ ਇਸ ਕਹਾਣੀ ਦੇ ਵਿੱਚ, ਇਹ ਦੋਨੋਂ ਚਾਚੇ ਤਾਏ ਦੇ ਪੁੱਤਰ ਹੈ ਬਈ। ਪਰ ਇਹਦੇ ਵਿੱਚ ਇਹ ਨਹੀਂ ਗਾ ਕਹਾਣੀ ਦੇ ਵਿੱਚ ਵੀ ਕਿਹੜਾ ਚਾਚੇ ਦਾ ਪੁੱਤਰ ਹੈ, ਕਿਹੜਾ ਤਾਏ ਦਾ ਪੁੱਤਰ ਹੈ। ਪਿਛਲੀ ਕਹਾਣੀ ਸੀ ਨਾ ਸਾਂਝੀ ਕੰਧ, ਉਹਦੇ ਵਿੱਚ ਇੱਕ ਉਹ ਪਤਾ ਸੀ ਆਪਾਂ ਨੂੰ ਵੀ ਕਿਹੜਾ ਕਿਹਦੇ ਚਾਚੇ ਦਾ ਮੁੰਡਾ, ਕਿਹੜਾ ਕਿਹਦੇ ਤਾਏ ਦਾ ਮੁੰਡਾ ਹੈ। ਪਰ ਇਹਦੇ ਇਸ ਕਹਾਣੀ 'ਚ ਨਹੀਂ ਗਾ, ਇਹ ਸਿੱਧਾ ਹੀ ਹੈ ਚਾਚੇ ਤਾਏ ਦੇ ਪੁੱਤਰ ਹੈ ਲਾਲ ਤੇ ਦਿਆਲ। ਉਹਨਾਂ ਦੀ ਵਾਹੀ ਹੈ ਜਿਹੜੀ, ਦੋਨਾਂ ਦੀ ਮਤਲਬ ਜ਼ਮੀਨ ਹੈ ਜਿਹੜੀ ਉਹ ਸਾਂਝੀ ਹੈ, ਮਤਲਬ ਵਾਹੀ ਇਕੱਠੀ ਹੈ, ਉਹਨਾਂ ਇਕੱਠੀ ਵਾਹੀ ਕਰਦੇ ਆ ਉਹ। ਅੱਗੇ ਸੁਣੋ ਕੀ ਹੈ, ਪਿੰਡ ਦੇ ਵਿੱਚ ਬੜਾ ਰੋਹਬ ਹੁੰਦਾ ਜਦੋਂ ਦੋ ਚਾਚੇ ਤਾਏ ਦੇ ਪੁੱਤਰ ਰਲ ਕੇ ਵਾਹੀ ਇਕੱਠੀ ਕਰਦੇ ਆ। ਸਕੇ ਭਰਾ ਤਾਂ ਕਰਦੇ ਆ, ਚਲੋ ਠੀਕ ਹੈ, ਫਿਰ ਤਾਂ ਕੋਈ ਉਹ ਤਾਂ ਨੋਰਮਲ ਗੱਲ ਹੋ ਗਈ। ਪਰ ਜਦੋਂ ਚਾਚੇ ਤਾਏ ਦੇ ਪੁੱਤਰ ਆਪਸ 'ਚ ਸਾਂਝੀ ਕਮਾਈ ਕਰਦੇ ਆ, ਫਿਰ ਉਹ ਬੜਾ ਰੋਹਬ ਹੁੰਦਾ, ਅਲੱਗ ਗੱਲ ਹੋ ਗਈ ਨਾ ਇੱਕ।
ਕਿਉਂਕਿ ਐਵੇਂ ਦਾ ਮੇਲ ਘੱਟ ਹੁੰਦਾ ਹੈ, ਭਰਾ ਭਰਾ ਤੇ ਆਪਸ ਚ ਤੁਰਦੇ ਹੀ ਹੈ, ਪਰ ਲਾਲ ਤੇ ਦਿਆਲ ਦੋਨੋਂ ਚਾਚੇ ਤਾਏ ਦੇ ਪੁੱਤਰ ਆਪਸ ਦੇ ਵਿੱਚ ਉਹਨਾਂ ਦੀ ਵਾਹੀ ਇਕੱਠੀ ਹੈ। ਠੀਕ ਹੈ ਬਈ, ਪਿੰਡ ਦੀਆਂ ਗਲੀਆਂ 'ਚ ਤੁਰਨਾ ਸਵਾਦ ਦਿੰਦਾ ਸੀ, ਕਿਉਂਕਿ ਪਿੰਡ ਦੇ ਵਿੱਚ ਬੜਾ ਆਦਰ ਸੀ ਉਹਨਾਂ ਦਾ, ਪਿੰਡ ਦੇ ਵਿੱਚ ਵੱਡੀ ਤਾਕਤ ਉਹਨਾਂ ਨੂੰ ਸਮਝਿਆ ਜਾਂਦਾ ਸੀਗਾ। ਆਦਰ ਤੋਂ ਬਿਨਾਂ ਉਹਨਾਂ ਦਾ ਵਾਹੀ ਜੋਤੀ ਦਾ ਕੰਮ ਵੀ ਸੌਖਾ ਹੀ ਚੱਲਦਾ ਸੀਗਾ, ਰਲ ਕੇ ਉਹ ਦੋ ਹਲਾਂ ਦੀ ਵਾਹੀ ਕਰਦੇ ਸੀਗੇ। ਇੱਕ ਕਾਮਾ ਜਦੋਂ ਰੱਖ ਲੈਂਦੇ ਸੀ, ਕਾਮਾ ਮਤਲਬ ਇੱਕ ਮਜ਼ਦੂਰ, ਜਦੋਂ ਰੱਖ ਲੈਂਦੇ ਸੀ ਤਾਂ ਉਹ ਮਤਲਬ ਇੱਕ ਬੰਦਾ ਸੌਖਾ ਹੋ ਜਾਂਦਾ ਸੀ, ਕੰਮ ਹੋਰ ਵੀ ਚੰਗਾ ਸੀਗਾ। ਇੱਕ ਹਲ ਦੀ ਵਾਹੀ ਇੱਕ ਕੋਲੇ ਹੋਵੇ ਤਾਂ ਉਹ ਬੇਸਵਾਦੀ ਗੱਲ ਹੁੰਦੀ ਆ, ਪਰ ਉਹਨਾਂ ਦੋਨਾਂ ਕੋਲੇ ਜੇ ਇਕੱਲਾ ਹੀ ਬੰਦਾ ਹੋਵੇ ਨਾ, ਤੇ ਬੰਦਾ ਤਾਂ ਇਕੱਲਾ ਬੰਦਾ ਤਾਂ ਦੇਖੋ ਵਾਹੀ ਵੈਸੇ ਹੀ ਨਹੀਂ ਕਰ ਸਕਦਾ, ਉਹਨੂੰ ਕਾਮਾ ਰੱਖਣ ਦੀ ਲੋੜ, ਮਜ਼ਦੂਰ ਦੀ ਲੋੜ ਪੈਂਦੀ ਪੈਂਦੀ ਆ। ਇਕੱਲਾ ਤਾਂ ਡੰਗਰਾਂ ਨੂੰ ਪੱਠੇ ਪਾਉਂਦਾ ਮਰ ਜਾਂਦਾ ਬੰਦਾ, ਇਸ ਕਰਕੇ ਉਹਨਾਂ ਨੇ ਇੱਕ ਕਾਮਾ ਵੀ, ਮਤਲਬ ਜਦੋਂ ਕੰਮ ਆ ਗਿਆ, ਜਿਵੇਂ ਮੰਨ ਲਓ ਇੱਕ ਕਾਮਾ ਰੱਖ ਲਿਆ ਉਹਨਾਂ ਨੇ, ਹੁਣ ਉਹਦਾ ਕਰਕੇ ਉਹ ਹੋ ਗਏ ਤਿੰਨ, ਦੋ ਲਾਲ ਤੇ ਦਿਆਲ ਦੋ ਜਾਣੇ, ਇੱਕ ਰੱਖ ਲਿਆ ਮਜ਼ਦੂਰ, ਹੁਣ ਇੱਕ ਬੰਦਾ ਉਹਨਾਂ 'ਚੋਂ ਵਿਹਲਾ ਰਹੂਗਾ, ਕਿਹੜਾ? ਸੁਣੋ, ਦਿਆਲ। ਦਿਆਲ ਸੀ ਜਿਹੜਾ, ਉਹ ਸਾਰਾ ਦਿਨ ਵਿਹਲਾ ਰਹਿੰਦਾ, ਸੋਹਣੀ ਸ਼ਕਲ ਵਾਲਾ, ਭਾਰਾ ਜਿਹਾ ਗੱਭਰੂ, ਉਹ ਪਹਿਲੇ ਪੈਰ 'ਤੇ ਪੈਲੀਆਂ 'ਚ ਥੋੜ੍ਹਾ ਕੰਮ ਕਰਦਾ ਸੀ, ਪਿਛਲੇ ਪੈਰ ਉਹ ਚਿੱਟੇ ਕੱਪੜੇ ਪਾ ਕੇ ਪਿੰਡ ਦੇ ਵਿੱਚ ਫਿਰਦਾ ਰਹਿੰਦਾ, ਖੁੰਡਾਂ 'ਤੇ ਬੈਠਦਾ ਰਹਿੰਦਾ, ਲੋਕ ਉਸ ਨਾਲ ਗੱਲਾਂ ਕਰਕੇ ਬੜੇ ਖੁਸ਼ ਹੁੰਦੇ। ਪਿੰਡ ਵਾਲਿਆਂ ਦੀ ਕੀ ਸੀ, ਹੁਣ ਇਹ ਸਾਰੀ ਦਿਆਲ ਜਿਹੜਾ ਆਨੰਦ ਮਾਣਦਾ ਸੀ ਵਿਹਲਾ ਰਹਿ ਕੇ, ਉਹ ਸਾਰਾ ਮਾਣਦਾ ਸੀ ਲਾਲ ਦੇ ਸਿਰ ਤੇ। ਉਹ ਲਾਲ ਜਦੋਂ ਉਹਨੂੰ ਕਹਿੰਦਾ ਵੀ ਤੂੰ ਕੱਲ ਪਿੰਡੋਂ ਨਹੀਂ ਨਿਕਲਿਆ, ਕਣਕ ਨੂੰ ਵਾੜ ਦੇਣੀ ਸੀਗੀ, ਤੇ ਉਹ ਕਹਿੰਦਾ ਵੀ ਮੈਂ ਬਸ ਐਵੇਂ ਹੀ ਨਹੀਂ ਆਇਆ। ਦਿਆਲ ਕਹਿੰਦਾ ਵੀ ਪਿੰਡ ਦੇ ਵਿੱਚ ਥਾਣੇਦਾਰ ਆਇਆ ਸੀ, ਮੈਂ ਸੋਚਿਆ ਕੋਈ ਗੱਲਬਾਤ ਹੈ ਨਾ ਸੁਣਾਂਗੇ। ਹੁਣ ਲਾਲ ਦੀ ਜਿਹੜੀ ਵਹੁਟੀ ਸੀ, ਉਹ ਦਿਆਲ ਨੂੰ ਜਦੋਂ ਘਰ ਦੇ ਵਿੱਚ ਉਹ ਫਿਰਦੇ ਦੇਖਦੀ ਸੀ, ਕਿਉਂਕਿ ਘਰ ਵੀ ਨੇੜੇ ਨੇੜੇ ਸੀ, ਤੇ ਲਾਲ ਦੀ ਵਹੁਟੀ ਵੇਖਦੀ ਵੀ ਦਿਆਲ ਤਾਂ ਕਦੇ ਘਰਵਾਲੀ ਦੇ ਨਾਲ ਕਦੀ ਕੋਈ ਕੰਮ ਕਰਵਾਈ ਜਾਂਦਾ, ਕਦੀ ਜਵਾਕ ਵਾਸਤੇ ਕੋਈ ਖਿਡੌਣਾ ਬਣਾ ਕੇ ਲਿਆਈ ਜਾਂਦਾ ਉਹ, ਤੇ ਲਾਲ ਦੀ ਵਹੁਟੀ ਕਹਿੰਦੀ ਵੀ ਮੇਰੇ ਘਰ ਵਾਲਾ, ਮੇਰਾ ਖਸਮ ਤਾਂ ਖੇਤਾਂ ਦੇ ਵਿੱਚ ਹੀ ਰਹਿੰਦਾ, ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਈ ਜਾਂਦਾ, ਤੇ ਇਹ ਆਨੰਦ ਮਾਣੀ ਜਾਂਦਾ ਹੈ ਨਾ। ਹਾਂ, ਤਾਂ ਲਾਲ ਦੀ ਵਹੁਟੀ ਦੇ ਕੰਮ ਤਾਂ ਸਾਰੇ ਉਵੇਂ ਹੀ ਪਏ ਰਹਿੰਦੇ, ਪਰ ਉਹ ਦਿਆਲ ਦੀ ਜਦੋਂ ਉਹ ਵੇਖਦੀ ਉਹਨੂੰ, ਦਿਆਲ ਨੂੰ ਘਰੇ ਕੰਮ ਕਰਾਉਂਦੇ ਨੂੰ, ਤਾਂ ਉਹ ਵਿਚਾਰੀ ਦੀ ਬੜੀ ਮਤਲਬ ਇੱਛਾ ਹੁੰਦੀ ਵੀ ਉਹ ਐਵੇਂ ਸੋਚਦੀ ਵੀ ਮੇਰੇ ਘਰ ਵਾਲਾ ਵੀ ਆਵੇ, ਸੋਹਣੇ ਚਿੱਟੇ ਕੱਪੜੇ ਪਾ ਕੇ ਕਿਤੇ ਪਿੰਡ ਦੇ ਵਿੱਚ ਗੇੜੀ ਮਾਰੇ ਹੈ, ਤੇ ਉਹ ਪਰ ਐਵੇਂ ਕਦੇ ਨਹੀਂ ਸੀ। ਅੱਠੀ ਦਸੀਂ ਦਿਨੀ ਉਹ ਰਾਤ ਨੂੰ ਸੌਣ ਲੱਗਿਆ ਲਾਲ ਧੋਤੇ ਕੱਪੜੇ ਸਿਰਾਣੇ ਰਖਾ ਲੈਂਦਾ ਸੀ, ਤੇ ਉਹ ਹੀ ਪਾ ਕੇ ਸਵੇਰ ਨੂੰ ਖੇਤ ਨੂੰ ਤੁਰ ਜਾਂਦਾ ਸੀ। ਸੋਚਦੀ ਵਿਚਾਰੀ ਲਾਲ ਦੀ ਵਹੁਟੀ ਵੀ ਦਿਆਲ ਵੀ ਕਿਤੇ ਘਰੇ ਬਤਾਵੇ ਦਿਨ, ਮੇਰੇ ਨਾਲ ਕੋਈ ਕੰਮ ਕਰਾਵੇ, ਘਰਵਾਲੀ ਦੀਆਂ ਸਧਰਾਂ ਇੱਛਾਵਾਂ ਹੁੰਦੀਆਂ ਹੈ ਨਾ। ਅਤੇ ਪਰ ਉਹਨੂੰ ਰਾਤ ਨੂੰ ਕਹਿੰਦੀ ਇੱਕ ਦਿਨ ਵੀ, ਉਹ ਰਾਤ ਨੂੰ ਜਦੋਂ ਆਉਂਦਾ ਤੇ ਉਹ ਕਹਿੰਦੀ ਵੀ ਤੂੰ ਉਹਦਾ ਕਾਮਾ ਥੋੜ੍ਹਾ ਰੱਖਿਆ, ਤੂੰ ਉਹਦਾ ਮਜ਼ਦੂਰ ਥੋੜ੍ਹਾ, ਉਹ ਤਾਂ ਸਾਰਾ ਦਿਨ ਪਿੰਡ ਸਰਦਾਰ ਬਣ ਕੇ ਤੇ ਪਿੰਡ ਫਿਰਦਾ ਰਹਿੰਦਾ, ਅਤੇ ਤੂੰ ਉੱਥੇ ਮਿੱਟੀ ਨਾਲ ਮਿੱਟੀ ਹੋਈ ਜਾਂਦਾ। ਲਾਲ ਕਹਿੰਦਾ ਵੀ ਪਿੰਡ ਦੇ ਵਿੱਚ ਕੀ ਮਤਲਬ ਰੱਖਿਆ ਵੀ ਕੀ ਹੈ, ਪਿੰਡ ਦੇ ਵਿੱਚ ਉਹ ਗੱਲ ਕਰਨੀ ਸੀ ਕਹਿੰਦਾ ਪਾਣੀ ਦੀ ਵਾਰੀ ਦੀ, ਇਸ ਕਰਕੇ ਮੈਂ ਉਹਨੂੰ ਭੇਜ ਦਿੱਤਾ ਸੀ ਕਹਿੰਦਾ। ਕਦੀ ਹਾਲ ਫਲ ਠੀਕ ਕਰਾਉਣਾ ਹੁੰਦਾ, ਕੋਈ ਰੱਸਾ ਪੈੜ ਵੱਟਣੀ ਹੁੰਦੀ ਹੈ, ਕੋਈ ਬੰਦਾ ਦਿਹਾੜੀ ਲਈ ਆਖਣਾ ਹੁੰਦਾ, ਪਿੰਡ 'ਚ ਕਹਿੰਦਾ 100 ਕੰਮ ਹੁੰਦੇ ਆ, ਮੈਂ ਤਾਂ ਦਿਆਲ ਨੂੰ ਕਹਿੰਦਾ ਭੇਜ ਦਿੰਦਾ ਹੈ। ਉਹ ਕਹਿੰਦੀ ਪਿੰਡ ਕੰਮ ਹੁੰਦੇ ਆ ਤਾਂ ਤੂੰ ਵੀ ਕਦੇ ਆ ਜਾਇਆ ਕਰ ਪਿੰਡ ਵਾਲੇ ਕੰਮ ਕਰਨ, ਇਹੀ ਕਿਉਂ ਆਵੇ। ਠੀਕ ਹੈ ਜੀ, ਗੱਲ ਕਲੀਅਰ ਹੋ ਗਈ। ਕਹਿੰਦਾ ਚਲੋ ਮੈਂ ਆ ਜਾਇਆ ਕਰੂੰਗਾ। ਲਾਲ ਆਉਣ ਵਾਸਤੇ ਕਹਿ ਤਾਂ ਦਿੰਦਾ ਪਰ ਕਦੇ ਨਾ ਆਇਆ। ਉਹ ਤਾਰੇ ਚੜ੍ਹੇ ਉੱਠ ਜਾਂਦਾ ਕਾਮੇ ਨਾਲ ਹਲ ਜੋੜ ਕੇ, ਤੇ ਮਗਰੋਂ ਦਿਆਲ ਧੰਮੀ ਵੇਲੇ ਉੱਠ ਕੇ ਤੇ ਮੱਝਾਂ ਨੂੰ ਹੈ ਨਾ ਪੱਠੇ
ਧੰਮੀ ਵੇਲਾ, ਪ੍ਰਭਾਤ ਦੇ ਸਮੇਂ ਨੂੰ ਕਹਿੰਦੇ ਆ ਧੰਮੀ ਵੇਲਾ, ਧੰਮੀ ਵੇਲਾ ਦਿਆਲ ਹੈ ਜਿਹੜਾ ਉਹ ਧੰਮੀ ਵੇਲੇ ਮਤਲਬ ਪ੍ਰਭਾਤ ਦੇ ਸਮੇਂ ਸਵੇਰ ਵੇਲੇ ਉੱਠ ਕੇ ਅਤੇ ਉਹ ਮੱਝਾਂ ਨੂੰ ਬਾਹਰ ਕੱਢਦਾ, ਪੱਠੇ ਪਾਉਂਦਾ, ਚੋਂਦਾ, ਡੰਗਰਾਂ ਜੋਗੇ ਪੱਠੇ ਵੱਢ ਕੇ ਅਤੇ ਮੁੜ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਤਰਾਫ ਰੱਖ ਕੇ ਲੈ ਆਉਂਦਾ। ਪਿਛਲੇ ਪੈਰ ਉਹ ਪਿੰਡ 'ਚ ਤਾਸ਼ ਖੇਡਦਾ, ਕਦੀ ਅਖਬਾਰਾਂ ਦੀਆਂ ਖਬਰਾਂ ਸੁਣਦਾ, ਹੈ ਨਾ। ਸਾਰਾ ਦਿਨ ਸਾਰਾ ਭਾਰ ਦਿਨੋ ਦਿਨ ਲਾਲ 'ਤੇ ਪੈਂਦਾ ਜਾ ਰਿਹਾ ਸੀ। ਲਾਲ ਸਦਾ ਯਾਰ ਬੇਲੀ ਖੰਡਣ ਅਤੇ ਆਪਣਾ ਰਸੂਖ ਬਣਾਉਣ 'ਤੇ ਰਹਿੰਦਾ। ਵੀ ਹਰ ਭਿਆਲੀ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ। ਭਿਆਲੀ ਦਾ ਮਤਲਬ ਹੁੰਦਾ ਹਿੱਸੇਦਾਰੀ, ਸਾਂਝੀ ਵਾਲਤਾ ਜਿਹਨੂੰ ਆਪਾਂ ਕਹਿ ਦਿੰਦੇ ਭਿਆਲੀ, ਹਿੱਸੇਦਾਰੀ ਵਿੱਚ। ਵੀ ਜਿੰਨਾ ਚਿਰ ਤਾਂ ਚੁੱਪ ਹੋਵੇ ਉਹਨਾਂ ਚਿਰ ਤਾਂ ਚੱਲਦਾ ਰਹਿੰਦਾ ਕੰਮ, ਅਤੇ ਜਦੋਂ ਇੱਕ ਜਣਾ ਬੋਲ ਪਿਆ ਫਿਰ ਅੱਡ ਅੱਡ ਹੋ ਜਾਂਦੀ ਹੁੰਦੀ ਹੈ ਹਿੱਸੇਦਾਰੀ। ਹਰ ਭਿਆਲੀ ਹਿੱਸੇਦਾਰੀ 'ਚ ਐਵੇਂ ਹੀ ਹੁੰਦਾ ਆਇਆ। ਅਤੇ ਇੱਕ ਦਿਨ ਵੱਢ ਗਿਆ ਅਤੇ ਪਿੱਛੋਂ ਲੁਹਾਰਾਂ ਦਾ ਮੁੰਡਾ ਜਿਹੜਾ ਉਹ ਜੱਟਾਂ ਤੋਂ ਕਣਕ ਦੀਆਂ ਭਰੀਆਂ ਇਕੱਠੀਆਂ ਕਰ ਰਿਹਾ ਸੀਗਾ। ਲਾਲ ਅਤੇ ਇੱਕ ਹੋਰ ਜੱਟ ਉਹ ਡੇਰੇ 'ਤੇ ਬੈਠੇ ਸੀ ਦੋਨੇ। ਲੁਹਾਰਾਂ ਦਾ ਮੁੰਡਾ ਜਦੋਂ ਜੱਟ ਤੋਂ ਭਰੀ ਮੰਗਣ ਆਇਆ ਤਾਂ ਉਹ ਨਾਲ ਦਾ ਦੂਜਾ ਮੁੰਡਾ ਉਹ ਸੜਕ ਤੋਂ ਭਰੀ ਚੁੱਕ ਕੇ ਲੰਘ ਰਿਹਾ ਸੀ। ਤਾਂ ਜੱਟ ਨੇ ਉਹਨੂੰ ਪੁੱਛਿਆ ਵੀ ਇਹ ਭਰੀ ਕਿੱਥੋਂ ਲਿਆਇਆ? ਉਹ ਕਹਿੰਦਾ ਦਿਆਲ ਦੇ ਖਲਵਾੜੇ 'ਚੋਂ ਲਿਆਇਆ। ਖਲਵਾੜਾ ਹੁੰਦਾ ਉਹ ਕਣਕ ਇਕੱਠੀ ਕਰਕੇ ਜਿੱਥੇ ਰੱਖੀ ਜਾਂਦੀ ਹੈ, ਖਲਵਾੜਾ ਢੇਰ ਜਿਹੜਾ ਲੱਗਿਆ ਹੁੰਦਾ। ਜਦੋਂ ਇਹ ਲਾਲ ਨੇ ਗੱਲ ਸੁਣੀ ਤਾਂ ਉਹਦਾ ਲਹੂ ਠੰਡਾ ਪੈ ਗਿਆ। ਕਹਿੰਦਾ ਦਿਆਲ ਦਾ ਨਾਂ ਵੱਜੀ ਜਾਂਦਾ, ਕੰਮ ਸਾਰਾ ਮੈਂ ਕਰਦਾ ਖੇਤਾਂ ਦੇ ਵਿੱਚ, ਅਤੇ ਇਹ ਦਿਆਲ ਕੌਣ ਹੁੰਦਾ? ਕਹਿੰਦਾ ਹੈ। ਤਾਂ ਉਹ ਕੀ ਹੋਇਆ ਵੀ ਕੰਮ ਵਿੱਚ ਰੁੱਝਿਆ ਹੋਣ ਕਰਕੇ ਹੈ ਨਾ ਉਹਨੇ ਅੱਡ ਹੋਣ ਦਾ ਫੈਸਲਾ ਕਰ ਲਿਆ। ਵੱਢ ਗਿਆ ਪਿੱਛੋਂ ਉਂਝ ਵੀ ਉਹ ਵਾਹੀਆਂ ਬਦਲਣ ਦੇ ਦਿਨ ਸੀਗੇ, ਦਾਣੇ ਤੋਂ ਪਹਿਲਾਂ ਹੀ ਵੰਡ ਲੈਂਦੇ ਸੀ, ਇਸ ਵਾਰੀ ਤੂੜੀ ਵੀ ਵੰਡ ਲਈ, ਮੱਝਾਂ ਵੀ ਵੱਖਰੀਆਂ ਵੱਖਰੀਆਂ ਬੰਨ ਲਈਆਂ। ਇੱਕ ਸੱਜਰੀ ਸੂਈ ਵੱਜ ਸੀ, ਥੋੜ੍ਹਾ ਵਕਤ ਸੀ ਉਹਨੂੰ ਹੋਇਆ, ਉਹਦੀ ਕੱਟੀ ਮਰ ਗਈ ਸੀ, ਉਹ ਦਿਆਲ ਦੇ ਹੱਥੋਂ ਮਿਲਦੀ ਹੁੰਦੀ ਸੀ। ਕਹਿਣ ਦਾ ਮਤਲਬ ਉਸ ਮੱਝ ਦੀ ਧਾਰ, ਉਸ ਮੱਝ ਦਾ ਦੁੱਧ ਸਿਰਫ ਅਤੇ ਸਿਰਫ ਦਿਆਲ ਹੀ ਕੱਢ ਸਕਦਾ ਸੀ, ਦਿਆਲ ਕੋਲੋਂ ਮਿਲਦੀ ਹੁੰਦੀ ਸੀ। ਉਹ ਲਾਲ ਦੇ ਹਿੱਸੇ ਆ ਗਈ। ਲਾਲ ਨੇ ਉਹਨੂੰ ਛੋਲੇ ਵੰਡ 'ਚ ਲੂਣ ਘੋਲ ਕੇ ਪਿਆਇਆ ਤਾਂ ਉਹ ਬੜਾ ਮਤਲਬ ਇਸ ਤਰ੍ਹਾਂ ਕਰ ਕਰਕੇ ਹੌਲੀ ਹੌਲੀ ਉਹ ਲਾਲ ਕੋਲੋਂ ਵੀ ਮਿਲਣ ਲੱਗ ਪਈ। ਪਰ ਦਿਆਲ ਕੋਲੋਂ ਉਸ ਮੱਝ ਦਾ ਪਿਆਰ ਨਾ ਟੁੱਟਿਆ। ਦੁੱਧ ਦਾ ਛੱਪੜ, ਦੁੱਧ ਮੱਝ ਸ਼ਬਦ ਆ ਰਹੇ ਆ ਨਾ ਕਹਾਣੀ ਦੇ ਸਿਰਲੇਖ 'ਤੇ, ਦੁੱਧ ਦਾ ਛੱਪੜ ਕਹਾਣੀ ਦਾ ਸਿਰਲੇਖ ਕਿਉਂ ਹੈ, ਸਮਝ ਆ ਰਹੀ ਹੈ ਨਾ ਗੱਲ? ਤਾਂ ਫਿਰ ਉਹ ਹੌਲੀ ਹੌਲੀ ਹੈ ਨਾ ਸਥਿਤੀ ਕਲੀਅਰ ਹੁੰਦੀ ਦਿਖ ਰਹੀ ਹੈ ਆਪਾਂ ਨੂੰ। ਫਿਰ ਉਹ ਦਿਆਲ ਕੋਲੇ ਕਦੀ ਕਦੀ ਉਹ ਦਿਆਲ ਕੋਲੇ ਉਹ ਮੱਝ ਆਪਣਾ ਸੰਗਲ ਤੜਾ ਕੇ ਗਿੱਲਾ ਪਟਾ ਕੇ ਚਲੀ ਜਾਂਦੀ। ਮੱਝ ਦਾ ਤੇ ਦਿਆਲ ਦਾ ਪਿਆਰ ਬਣਿਆ ਰਿਹਾ, ਪਰ ਲਾਲ ਤੇ ਦਿਆਲ ਇੱਕ ਦੂਜੇ ਤੋਂ ਅੱਡ ਅੱਡ ਹੋ ਗਏ। ਆਪਸ ਦੇ ਵਿੱਚ ਹੌਲੀ ਹੌਲੀ ਕੋਈ ਲੜਾਈ ਝਗੜਾ ਅਲਾਮੇ ਵੀ ਹੁੰਦੇ ਹੈ ਨਾ। ਜਿਵੇਂ ਕੀ ਹੋਇਆ ਵੀ ਉਹ ਇੱਕ ਦਿਨ ਦਿਆਲ ਦੀ ਜਿਹੜੀ ਨਿੱਕੀ ਕੱਟੀ ਸੀ ਜਿਹੜੀ ਦਿਆਲ ਕੀ, ਤਾਂ ਉਹ ਵਿੱਚੋਂ ਨਿਕਲ ਕੇ ਅਤੇ ਲਾਲ ਦੇ ਬੀਜੇ ਹੋਏ ਗੋਂਗੜੂਆਂ ਵਿੱਚ ਫਿਰਦੀ ਰਹੀ। ਦਿਆਲ ਨੇ ਅੱਗੋਂ ਕਿਹਾ ਵੀ ਮੈਂ ਕੱਟੀ ਦੇ ਨਾਲ ਥੋੜ੍ਹਾ ਵੱਜਿਆ। ਜਦੋਂ ਆਪਸ ਦੇ ਵਿੱਚ ਉਹਨਾਂ ਦੀ ਗੱਲ ਹੋਈ, ਲਾਲ ਨੇ ਉਹਨੂੰ ਕਿਹਾ ਵੀ ਬਈ ਮੇਰੇ ਗੋਂਗੜੂ ਖਰਾਬ ਕਰਤੇ ਤੇਰੀ ਕੱਟੀ ਨੂੰ, ਕਹਿੰਦਾ ਮੈਂ ਨਾਲ ਥੋੜ੍ਹਾ ਵੱਜਿਆ। ਲਾਲ ਦੀ ਘੋੜੀ ਜਦੋਂ ਇੱਕ ਫਿਰ ਇੱਕ ਅਗਲੇ ਦਿਨ ਕੀ ਹੋਇਆ ਵੀ ਲਾਲ ਦੀ ਘੋੜੀ ਖੁੱਲ੍ਹ ਕੇ ਅਤੇ ਦਿਆਲ ਦੀ ਕਪਾਹ ਦੇ ਵਿੱਚ ਜਾ ਕੇ ਬੂਟੇ ਭੱਲਦੀ ਰਹੀ ਅਤੇ ਲਾਲ ਨੇ ਕਿਹਾ ਵੀ ਘੋੜੀ ਤਾਂ ਕਪਾਹ ਨੂੰ ਮੂੰਹ ਨਹੀਂ ਮਾਰਦੀ। ਕਹਿੰਦਾ ਤੂੰ ਜਦੋਂ ਮਤਲਬ ਉਹ ਜਦੋਂ ਤੂੰ ਉਹ ਜਦੋਂ ਉਹਨੂੰ ਤੂੰ ਭਜਾਉਂਦਾ ਸੀ ਅਤੇ ਆਰਾਮ ਨਾਲ ਭਜਾਉਣਾ ਸੀ, ਦਿਆਲ ਨੂੰ ਬੜਾ ਗੁੱਸਾ ਸੀ ਇਸ ਗੱਲ। ਗੋਂਗੜੂ ਤਾਂ ਚਲੋ ਪੱਠੇ ਹੁੰਦੇ ਆ ਹੈ ਨਾ, ਕਪਾਹ ਤਾਂ ਪੈਸੇ ਵਾਲੀ ਫਸਲ ਸੀ, ਦਿਆਲ ਦਾ ਥੋੜ੍ਹਾ ਨੁਕਸਾਨ ਜ਼ਿਆਦਾ ਹੋ ਗਿਆ ਸੀ, ਹੈ ਨਾ। ਅੱਛਾ ਅੱਗੇ ਸੁਣੋ ਕੀ ਕਹਿੰਦੇ। ਕੁਝ ਦਿਨ ਪਿੱਛੋਂ ਮੀਂਹ ਪਿਆ ਜਦੋਂ, ਤੇ ਦਿਆਲ ਤੇ ਲਾਲ ਦੀ ਦੋਨਾਂ ਦੀ ਹੁਣ ਖੇਤੀ ਹੈ ਜਿਹੜੀ ਉਹ ਅੱਡ ਅੱਡ ਹੈ ਦੋਨਾਂ ਦੀ ਜਿਹੜੀ, ਤਾਂ ਉਹ ਕੀ ਹੋਇਆ ਵੀ ਹੁਣ ਲਾਲ ਦੇ ਖੇਤ ਦੇ ਵਿੱਚ ਤਾਂ ਕੋਠਾ ਸੀ, ਦਿਆਲ ਦੇ ਖੇਤ ਵਿੱਚ ਕੋਠਾ ਸੀ, ਲਾਲ ਦੇ ਖੇਤ ਵਿੱਚ ਕੋਠਾ ਨਹੀਂ ਸੀਗਾ।
ਤਾਂ ਉਹ ਜਦੋਂ ਕੀ ਹੋਇਆ, ਮੀਂਹ ਪਿਆ, ਦਿਆਲ ਤਾਂ ਆਪਦਾ ਆਪਦੇ ਕੋਠੇ 'ਚ ਵੜ ਗਿਆ। ਲਾਲ ਆ ਜਿਹੜਾ ਉਹ ਕੀ ਹੋਇਆ ਜੀ, ਲਾਲ ਜਿਹੜਾ ਉਹ ਚਾਦਰ ਦੀ ਬੁੱਕਲ ਮਾਰ ਕੇ ਤੂਤ ਥੱਲੇ ਬੈਠਾ ਰਿਹਾ। ਤੇ ਪਿੰਡ ਦੇ ਵਿੱਚ ਗੱਲ ਫੈਲ ਗਈ ਵੀ ਉੱਤੇ ਬਗਲੇ ਨਹਾਉਂਦੇ ਰਹੇ, ਹੇਠਾਂ ਲਾਲ ਨਹਾਉਂਦਾ ਰਿਹਾ। ਮਤਲਬ ਮੀਂਹ ਪਿਆ ਜਦੋਂ ਤੇ ਤੂਤ ਤੇ ਬਗਲੇ ਸੀ, ਜਿਵੇਂ ਬਗਲੇ ਉੱਤੇ ਨਹਾਉਂਦੇ ਰਹੇ, ਕਹਿੰਦੇ ਲਾਲ ਹੇਠਾਂ ਨਹਾਉਂਦਾ ਰਿਹਾ। ਵੀ ਇਹ ਮਜ਼ਾਕ ਜਿਹਾ ਬਣ ਕੇ ਇੱਕ ਗੱਲ ਉੱਡੀ ਜਦੋਂ, ਹੈ ਨਾ। ਆਮ ਸੀ ਵੀ ਉਹਨਾਂ ਦੀ ਲੜਾਈ ਆਪਸ ਦੇ ਵਿੱਚ, ਕੋਈ ਕਹਿੰਦਾ ਦਿਆਲ ਤਕੜਾ, ਕੋਈ ਕਹਿੰਦਾ ਲਾਲ ਦੇ ਵਿੱਚ ਗੁੱਸਾ ਜ਼ਿਆਦਾ। ਜਦੋਂ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਨਾ, ਵੱਧਦਾ ਜਦੋਂ ਆਪਸ ਦੇ ਵਿੱਚ, ਤੇ ਉਦੋਂ ਲੋਕੀ ਵੀ ਕਿਆਸ ਅੰਦਾਜ਼ੇ ਲਾਉਂਦੇ ਹੁੰਦੇ ਆ। ਲਾਲ ਦੀ ਵੋਟੀ 'ਚ ਇੱਕ ਗੱਲ ਜਦੋਂ ਅੱਪੜੀ ਤੇ ਉਹ ਕਹਿੰਦੀ ਵੀ ਸੁਣਿਆ ਦਿਆਲ ਤੇਰੇ ਗੱਲ ਪੈਣ ਨੂੰ ਫਿਰਦਾ। ਲਾਲ ਅੱਗੋਂ ਚੌੜਾ ਹੋ ਕੇ ਕਹਿੰਦਾ ਵੀ ਉਹ ਨਹੀਂ ਮੇਰੇ ਸਾਹਮਣੇ ਕੁਛ ਸਕਦਾ। ਕਹਿੰਦਾ ਲਓ ਜੀ ਠੀਕ ਹੈ, ਉਹ ਮਤਲਬ ਕੀ ਆ ਵੀ ਉਹ ਆਪਣੇ ਆਪ ਨੂੰ ਉੱਚਾ ਵਿਖਾਉਣ ਵਾਸਤੇ ਇੱਕ ਦਿਨ ਤਾਂ ਲਾਲ ਨੇ ਹੱਦ ਹੀ ਕਰਤੀ। ਉਹ ਪੈਲੀ ਦੇ ਵਿੱਚ ਦਿਆਲ ਨੇ ਆਪਣੀ ਪੈਲੀ 'ਚ ਰੂੜੀ ਪਾਉਣੀ ਸੀ, ਅਤੇ ਉਹ ਜਿਹੜੇ ਮਤਲਬ ਉਹ ਗੱਡੇ ਦੇ ਵਿੱਚ ਤੋੜੀ ਲੱਦ ਕੇ ਉਹਨੇ ਲਿਜਾਣੀ ਸੀਗੀ। ਉਹ ਰਾਹ ਸੀ ਜਿਹੜਾ, ਉਹ ਰਾਹ ਸੀ ਲਾਲ ਦੇ ਖੇਤਾਂ ਵਿੱਚੋਂ ਦੀ। ਲਾਲ ਨੇ ਵਾਪਸ ਮੋੜਤਾ, ਕਹਿੰਦਾ ਇੱਧਰ ਦੀ ਨਾ, ਦਿਆਲ ਨੂੰ ਕਿਹਾ। ਅਤੇ ਉਹ ਹੋਰ ਮਤਲਬ ਹੋ ਗਿਆ ਵੀ ਉਹ ਰਾਤ ਨੂੰ ਜਦੋਂ ਲਾਲ ਨੇ ਆਪਣੀ ਗੱਲ ਵੋਟੀ ਨੂੰ ਦੱਸੀ ਤਾਂ ਉਹਨੂੰ ਵਿਸ਼ਵਾਸ ਹੋ ਗਿਆ ਵੀ ਦਿਆਲ ਵਾਕਈ ਮੇਰੇ ਘਰ ਵਾਲੇ ਤੋਂ ਡਰਦਾ ਹੈ ਨਾ। ਲਓ ਹੁਣ ਗੱਲ ਸਮਝ ਜਿਓ ਥੋੜ੍ਹੀ ਜਿਹੀ ਕਹਾਣੀ, ਇਸ ਪਿੱਛੇ ਮਾਨਸਿਕਤਾ ਕੀ ਚੱਲ ਰਹੀ ਹੈ। ਲਾਲ ਦੀ ਵੋਟੀ ਹੈ ਜਿਹੜੀ, ਇਹ ਕਿਉਂ ਇਸ ਕਹਾਣੀ ਦੇ ਵਿੱਚ ਆ ਰਹੀ ਹੈ ਵਾਰ ਵਾਰ, ਅੱਗੇ ਤੁਹਾਨੂੰ ਲਾਸਟ 'ਚ ਪਤਾ ਲੱਗੂਗਾ। ਇੱਕ ਦਿਨ ਕੀ ਹੋਇਆ ਵੀ ਲਾਲ ਆਪਣੀ ਘੋੜੀ 'ਤੇ ਚੜ੍ਹ ਕੇ ਪਿੰਡ ਆ ਰਿਹਾ ਸੀ। ਖਾੜ ਅਤੇ ਦਿਆਲ ਅਤੇ ਹੋਰ ਬੰਦਾ ਦਾਰੂ ਪੀ ਰਹੇ ਸੀਗੇ। ਲਾਲ ਨੂੰ ਵੇਖ ਕੇ ਅਤੇ ਖਾੜ ਤੋਂ ਜਦੋਂ ਘੋੜੀ ਨੇ ਹੌਲੀ ਹੋਣਾ ਹੀ ਸੀਗਾ, ਲਾਲ ਦੇ ਹੱਥ ਵਿੱਚ ਕੇਵਲ ਇੱਕ ਖਾਲੀ ਗੜਵਾ ਸੀ, ਸੱਖਣਾ ਖਾਲੀ ਗੜਵਾ। ਕਿਹੜਾ ਹੈ, ਦਿਆਲ ਨੇ ਜਦੋਂ ਕਿਹਾ ਅਤੇ ਉਹ ਕਹਿੰਦਾ ਮੈਂ ਹਾਂ ਲਾਲ। ਅਤੇ ਘੋੜੀ ਨੂੰ ਤਰਾਓ ਤਰਾਓ ਕਰਕੇ ਉਹਨੇ ਘੋੜੀ ਨੂੰ ਪਾਣੀ ਪਿਆਉਣ ਲੱਗਿਆ। ਅਤੇ ਘਰ ਆ ਕੇ ਉਹਨੇ ਵੋਟੀ ਨੂੰ ਦੱਸਿਆ ਵੀ ਉੱਥੇ ਦਿਆਲ ਸੀ, ਮੈਨੂੰ ਮਿਲਿਆ, ਤਾਂ ਜੇ ਮੈਂ ਸੋਚਿਆ ਵੀ ਜੇ ਮੇਰੇ ਗਲ ਪੈ ਗਿਆ ਨਾ ਤਾਂ ਮੈਂ ਇਹਦੇ ਗੜਵਾ ਹੀ ਚੱਕ ਕੇ ਮਾਰੂੰਗਾ। ਅਤੇ ਉਹ ਠੀਕ ਹੈ, ਸ਼ਾਬਾਸ਼ ਲਾਲ ਦੀ ਵੋਟੀ, ਅੱਖਾਂ ਚਮਕਦੀਆਂ ਨੇ ਕਿਹਾ ਵੀ ਮੇਰਾ ਪਤੀ ਹੋਰ ਇਸ ਤੋਂ ਕੀ ਘੱਟ ਹੋ ਸਕਦਾ। ਕਹਿੰਦੀ ਲਾਲ ਬੜਾ ਖੁਸ਼ ਸੀ ਵੀ ਉਹਨੂੰ ਆਇਆ ਸੀ ਵੀ ਉਹ ਬੜਾ ਪੈਰ ਫੱਬ ਕੇ ਭੋਲ 'ਤੇ ਰੱਖਦਾ ਸੀਗਾ, ਬੱਚਿਆਂ ਨੂੰ ਡਾਢੇ ਪਿਆਰੇ ਲੱਗਦੇ ਸੀ, ਕਿਉਂਕਿ ਉਹਦੇ ਬੱਚੇ ਅਤੇ ਉਹਦੀ ਘਰ ਵਾਲੀ ਉਹਨੂੰ ਮਤਲਬ ਪੂਰਾ ਬਹਾਦਰ, ਪੂਰਾ ਤਕੜਾ ਸਮਝਣ ਲੱਗ ਗਏ ਵੀ ਦਿਆਲ ਤੋਂ ਤਾਂ ਤਕੜਾ, ਇਹ ਦਿਆਲ ਨੂੰ ਤਾਂ ਫੁੱਟ ਸੱਟੂਗਾ। ਇੱਕ ਰਾਤ ਜ਼ਿਆਦਾ ਕਿਣਮਿਣ ਮਤਲਬ ਬਾਰਿਸ਼ ਹੁੰਦੀ ਰਹੀ, ਅਤੇ ਉਹ ਪੱਠਿਆਂ ਦੇ ਲਾਲਚ ਦੇ ਵਿੱਚ ਮੱਝ ਹੈ ਜਿਹੜੀ ਉਹ ਲਾਲ ਵਾਲੀ, ਅਤੇ ਉਹ ਵੀ ਸੰਗਲ ਤੜਾ ਕੇ ਦਿਆਲ ਦੇ ਘਰ ਜਾ ਵੜੀ। ਅਤੇ ਦਿਆਲ ਜਦੋਂ ਆ ਗਈ ਕਿੱਲਾ ਪਟਾ ਕੇ ਵਾਪਸ ਆ ਗਈ ਜਦੋਂ, ਅਤੇ ਲਾਲ ਬਈ ਜਦੋਂ ਉਹਨੂੰ ਚੋਣ ਲੱਗਾ ਅਤੇ ਮੱਝ ਦੀਆਂ ਦੋ ਕਤਾਰਾਂ ਨਿਕਲੀਆਂ ਅਤੇ ਦੁੱਧ ਆਇਆ ਹੀ ਨਾ। ਅਸਲ ਦੇ ਵਿੱਚ ਗੱਲ ਕੀ ਹੋਈ, ਦਿਆਲ ਨੇ ਮੱਝ ਚੋਲੀ ਸੀ। ਜਦੋਂ ਗਈ ਦਿਆਲ ਕੋਲੇ, ਦਿਆਲ ਦੀ ਹੱਥੋਂ ਮਿਲਦੀ ਸੀ ਉਹ, ਦਿਆਲ ਨੇ ਚੋਲੀ ਅਤੇ ਮਿਲੀ ਨਹੀਂ ਲਾਲ ਕੋਲੋਂ। ਮੱਝ ਦਾ ਪਸਮਾ ਜਿਹੜਾ ਉਹ ਢਿੱਲਾ ਸੀਗਾ, ਚੋਈ ਹੋਈ ਪਹਿਲਾਂ ਹੀ ਜਾਪਦੀ ਸੀ ਉਹ, ਅਤੇ ਪਰ ਇਹਨੂੰ ਕੌਣ ਚੋ ਸਕਦਾ ਸੀਗਾ। ਲਾਲ ਨੂੰ ਪਤਾ ਲੱਗ ਗਿਆ ਵੀ ਦਿਆਲ ਤੋਂ ਬਿਨਾਂ ਤਾਂ ਹੋਰ ਕੋਈ ਕਰ ਹੀ ਨਹੀਂ ਸਕਦਾ। ਗੜਵੇ ਦੇ ਵਿੱਚੋਂ ਤਿੰਨ ਚਾਰ ਛੰਨਿਆਂ ਦੀ ਥਾਂ ਮਸਾਂ ਇੱਕ ਛੰਨਾ ਹੀ ਦੁੱਧ ਸੀਗਾ। ਹੁਣ ਦਿਆਲ ਨੇ ਬੜੀ ਮੂਰਖਤਾ ਕੀਤੀ, ਹੁਣ ਆਖੇ ਕੀ ਆਪਣੀ ਵਹੁਟੀ ਨੂੰ, ਹੈ ਲਾਲ ਹੁਣ ਕੀ ਆਖੇ ਆਪਣੀ ਵਹੁਟੀ ਨੂੰ ਵੀ ਦਿਆਲ ਨੇ ਤਾਂ ਚੋਲੀ ਹੈ ਮੱਝ ਤਾਂ। ਅੱਗੇ ਕੀ ਹੋਇਆ ਵੀ ਉਹ ਉਹਨੂੰ ਪਹਿਲਾਂ ਤਾਂ ਆਇਆ ਸੀ ਵੀ ਜਾਂ ਤਾਂ ਉਹ ਮਤਲਬ ਐਵੇਂ ਮਤਲਬ ਗੱਲ ਚੁੱਪ ਹੋ ਜੇ ਅਤੇ ਜਾਂ ਦਿਆਲ ਦੀ ਗੱਲ ਪੈ ਜੇ ਜਾ ਕੇ। ਫਿਰ ਉਹਦੇ ਮਨ 'ਚ ਵੀ ਮੈਂ ਦਿਆਲ ਦੇ ਗੱਲ ਪੈ ਨਹੀਂ ਸਕਦਾ ਜਾ ਕੇ, ਦਿਆਲ ਦੇ ਗੱਲ ਕਿਉਂ ਨਹੀਂ ਪੈ ਸਕਦਾ, ਕਿਉਂਕਿ ਉਹਦੇ ਜਿਹੜੇ ਸਾਲੇ ਆਏ ਹੋਏ ਆ ਉਹ ਤਾਂ ਦਿਆਲ ਦੇ ਸਾਲੇ ਆਏ ਤਾਂ ਉਹ ਤਾਂ ਬੂਹੇ ਦੇ ਨੇੜੇ ਨਹੀਂ ਲੱਗਣ ਦੇਣਾ ਉਹਨਾਂ ਨੇ ਤਾਂ, ਹੈ ਨਾ।
ਤੇ ਹੁਣ ਅਚਨਚੇਤ ਲਾਲ ਨੂੰ ਇੱਕ ਫੁਰਨਾ ਫੁਰਿਆ। ਉਹਨੂੰ ਪਤਾ ਸੀ ਵੀ ਡੁੱਲਾ ਮੈਂ ਦੁੱਧ ਹੋਊਗਾ ਉਹ ਤੋਂ ਅੰਦਾਜ਼ਾ ਲਾਉਣਾ ਮੁਸ਼ਕਲ ਹੋਊਗਾ ਵੀ ਕਿੰਨਾ ਕੁ ਦੁੱਧ ਡੁੱਲ ਗਿਆ, ਕਿਉਂਕਿ ਇੱਕ ਤਾਂ ਕਿਣਵਣ ਬਾਰਿਸ਼ ਪਹਿਲਾਂ ਹੀ ਹੋਈ ਜਾਂਦੀ ਸੀ, ਜਿਹੜੇ ਉਹ ਖੱਡੇ ਸੀਗੇ ਤੇ ਉਹਨਾਂ ਦੇ ਵਿੱਚ ਪਾਣੀ ਪਹਿਲਾਂ ਤੋਂ ਹੀ ਸੀਗਾ, ਚਿੱਕੜ ਦੇ ਰੂਪ ਵਿੱਚ ਪਾਣੀ ਸੀਗਾ। ਤੇ ਉਹਨੇ ਕੀ ਕੀਤਾ, ਹੌਲੀ ਕਿਤੇ ਦੁੱਧ ਦਾ ਛੰਨਾ ਜਿਹੜਾ ਦਿੱਤਾ ਸੀ ਮੱਝ ਨੇ ਥੋੜਾ ਜਿਹਾ, ਤੇ ਉਹ ਡੋਲਤਾ, ਤੇ ਉਸ ਸਥਿਤੀ ਦੇ ਵਿੱਚ ਦੁੱਧ ਬਹੁਤ ਸ਼ਰਾ ਲੱਗਦਾ, ਇਹ ਲੱਗਦਾ ਵੀ ਦੁੱਧ ਦਾ ਛੱਪੜ ਹੀ ਹੋ ਗਿਆ ਉੱਥੇ, ਸਮਝ ਗਏ ਗੱਲ ਨੂੰ, ਵੀ ਦੁੱਧ ਦਾ ਛੱਪੜ ਸਿਰ ਲੇਖ ਹੈ ਕਹਾਣੀ ਦਾ। ਤਾਂ ਉਹ ਮਤਲਬ ਕੀ ਆ ਵੀ ਉਹ ਹੁਣ ਉਹ ਘਰਵਾਲੀ ਨੂੰ ਕਹਿੰਦਾ ਵੀ ਇਹਨੇ ਤਾਂ ਦੁੱਧ ਡੋਲ ਦਿੱਤਾ, ਲਾਲ ਦੀ, ਲਾਲ ਆਪਦੀ ਵਹੁਟੀ ਨੂੰ ਕਹਿੰਦਾ, ਤੇ ਲਾਲ ਕਹਿੰਦੀ ਵੀ, ਲਾਲ ਦੀ ਵਹੁਟੀ ਕਹਿੰਦੀ ਵੀ ਕਿਵੇਂ ਡੁੱਲਿਆ, ਉਹ ਕਹਿੰਦਾ ਵੀ ਲੱਤ ਮਾਰੀ ਇਹਨੇ ਗੜਵੇ ਤੇ, ਗੜਵਾ ਮੁੱਦਾ ਹੋ ਗਿਆ। ਤੇ ਲਾਲ ਦੀ ਵਹੁਟੀ ਕਹਿੰਦੀ ਵੀ ਹੁਣ ਅੱਠ ਪੈਰ ਦੁੱਧ ਤੋਂ ਖਾਲੀ ਰਵਾਂਗੇ, ਇਸ ਕਰਕੇ ਉਹਨੂੰ ਬੜੀ ਖਿਝ ਆ ਰਹੀ ਸੀ। ਹੁਣ ਉਹ ਕੀ ਹੈ ਵੀ ਉਹ ਚੁੱਲ੍ਹੇ ਅੱਗੋਂ ਉੱਠ ਕੇ ਮੱਝ ਦੇ ਕੋਲ ਗਈ। ਅਸਧਾਰਨ ਹਾਲਤ ਦੇ ਵਿੱਚ ਆਪਾਂ ਨੂੰ ਐਕਸਾਈਟਮੈਂਟ ਹੁੰਦੀ ਹੈ, ਉਤਸੁਕਤਾ ਹੁੰਦੀ ਹੈ, ਆਪਾਂ ਜਾ ਕੇ ਭੱਜ ਕੇ ਦੇਖਦੇ ਹਾਂ ਵੀ ਕੀ ਹੁੰਦਾ, ਜਿਵੇਂ ਡਿੱਗਿਆ ਹੋਇਆ ਜਹਾਜ਼, ਉਲਟਿਆ ਹੋਇਆ ਟਰੱਕ ਜਾਂ ਡੁੱਲਿਆ ਹੋਇਆ ਦੁੱਧ, ਆਪਣਾ ਮਨ ਕਰਦਾ ਵੀ ਆਪਾਂ ਦੇਖੀਏ ਜਾ ਕੇ। ਤਾਂ ਉਹ ਲਾਲ ਦੀ ਰੋਟੀ ਹੈ ਜਿਹੜੀ, ਉਹ ਭੱਜ ਕੇ ਜਾ ਕੇ ਦੇਖਦੀ ਹੈ, ਕਹਿੰਦੀ ਹਾਂ ਕਿੰਨਾ ਦੁੱਧ ਸੀ, ਛੱਪੜ ਲੱਗਾ ਹੋਇਆ ਹੈ ਦੁੱਧ ਦਾ। ਉਸ ਕਹਿ ਕੇ ਲਾਲ ਨੂੰ ਠੰਡ ਪਾ ਦਿੱਤੀ। ਫਿਰ ਉਹਨੇ ਮਤਲਬ ਗੱਲ ਜਿਹੜੀ, ਉਹ ਜਿਹੜੀ ਗੱਲ ਨੂੰ ਟਾਲਣਾ ਚਾਹੁੰਦਾ ਸੀਗਾ ਉਹ ਉਹਨੇ ਟਾਲ ਦਿੱਤੀ। ਮਤਲਬ ਉਹ ਘਰਵਾਲੀ ਦੀਆਂ ਨਜ਼ਰਾਂ ਦੇ ਵਿੱਚ ਵੀ ਬਹਾਦਰ ਦਾ ਬਹਾਦਰ ਹੀ ਰਹਿ ਗਿਆ, ਕਿਉਂਕਿ ਉਹਨੂੰ ਪਤਾ ਸੀ ਵੀ ਮੈਂ ਜਾ ਕੇ ਦਿਆਲ ਦੇ ਗੜ ਤਾਂ ਪੈ ਨਹੀਂ ਸਕਦਾ ਹੁਣ, ਕਿਉਂਕਿ ਉਹਦੇ ਸਾਲੇ ਆਏ ਆ, ਉਹਨਾਂ ਨੇ ਮੇਰਾ ਕੁੱਟ ਕਟਾਪਾ ਕਰ ਦੇਣਾ, ਵੀ ਉਹਨਾਂ ਨੇ ਤਾਂ ਬੋਲਣ ਨਹੀਂ ਦੇਣਾ ਮੈਨੂੰ। ਅਤੇ ਉਹ ਆਪਣੀ ਘਰਵਾਲੀ ਅੱਗੇ ਵੀ ਹੁਣ ਘਰਵਾਲੀ ਨੂੰ ਥੋੜ੍ਹਾ ਦੱਸ ਸਕਦਾ ਸੀ ਵੀ ਮੱਝ ਤਾਂ ਧਾਰ ਤਾਂ ਦਿਆਲ ਨੇ ਕੱਢ ਲਈ ਹੈ, ਮਤਲਬ ਮੱਝ ਤਾਂ ਦਿਆਲ ਨੇ ਚੋਲੀ, ਇਹ ਗੱਲ ਨਹੀਂ ਸੀ ਕਹਿ ਸਕਦਾ। ਇਸ ਕਰਕੇ ਉਹ ਇੱਕ ਰਾਹ ਅਪਣਾਉਂਦਾ, ਉਹ ਥੋੜ੍ਹਾ ਜਿਹਾ ਦੁੱਧ ਵੀ ਡੋਲ ਦਿੰਦਾ, ਇਲਜ਼ਾਮ ਮੱਝ 'ਤੇ ਲਾ ਦਿੰਦਾ ਵੀ ਮੱਝ ਨੇ ਲੱਤ ਮਾਰ ਕੇ ਦੁੱਧ ਡੋਲਤਾ। ਅਤੇ ਫਿਰ ਉਹ ਕਹਿੰਦੀ ਆ, ਅੰਤ ਦੇ ਵਿੱਚ ਆ ਪ੍ਰਸ਼ਨ ਆਇਆ ਸੀ ਸੈਕਿੰਡ ਗ੍ਰੇਡ ਦੇ ਵਿੱਚ ਵੀ ਹਾਂ ਕਿੰਨਾ ਦੁੱਧ ਸੀ, ਛੱਪੜ ਲੱਗਾ ਹੋਇਆ ਦੁੱਧ ਦਾ, ਇਹ ਗੱਲ ਕਿਹਨੇ ਆਖੀ ਸੀ, ਲਾਲ ਨੇ, ਦਿਆਲ ਨੇ, ਲਾਲ ਦੀ ਵਹੁਟੀ ਨੇ ਜਾਂ ਦਿਆਲ ਦੀ ਵਹੁਟੀ ਨੇ? ਇਹਦਾ ਉੱਤਰ ਸੀ ਲਾਲ ਦੀ ਵਹੁਟੀ ਨੇ ਆਖੀ ਇਹ ਗੱਲ, ਹੈ ਨਾ। ਲਾਲ ਦੀ ਵਹੁਟੀ ਉੱਠ ਕੇ ਚੁੱਲ੍ਹੇ ਅੱਗੋਂ ਆ ਕੇ ਦੁੱਧ ਦਾ ਛੱਪੜ, ਦੁੱਧ ਜਿਹੜਾ ਡੁੱਲਿਆ ਹੋਇਆ ਉਸ ਨੂੰ ਦੇਖਦੀ ਹੈ। ਠੀਕ ਹੈ ਬਾਈ, ਗੱਲਾਂ ਯਾਦ ਰੱਖਣੀਆਂ, ਤੁਸੀਂ ਜਿਹੜੀ ਜਿਹੜੀ ਗੱਲ ਤੁਹਾਡੇ ਨਾਲ ਮੈਂ ਕਲੀਅਰ ਕੀਤੀ ਹੈ, ਸੋ ਠੀਕ ਹੈ ਬਾਈ। ਕੁਲਵੰਤ ਸਿੰਘ ਵਿਰਕ, ਸਧਾਰਨ ਮਨੁੱਖ ਦੀ ਸਧਾਰਨਤਾ ਪੇਸ਼ ਕਰਨ ਵਾਲਾ ਪ੍ਰਸਿੱਧ ਕਹਾਣੀਕਾਰ, ਪੰਜਾਬੀ ਕਹਾਣੀ ਨੂੰ ਪਹਿਲੀ ਵਾਰ ਪੰਜਾਬੀਅਤ ਦੇ ਭਰਪੂਰ ਜਲੌ ਵਿੱਚ ਪੇਸ਼ ਕਰਨ ਵਾਲਾ ਕਹਾਣੀਕਾਰ, ਪੰਜਾਬੀ ਕਹਾਣੀ ਦਾ ਸ਼ਾਹਸਵਾਰ, ਪੰਜਾਬੀ ਕਹਾਣੀ ਦਾ ਬਾਦਸ਼ਾਹ, ਅਤੇ ਇਸ ਦੇ ਕਹਾਣੀ ਸੰਗ੍ਰਹਿ ਕਿਹੜੇ ਨੂੰ ਬਾਈ, ਨਵੇਂ ਲੋਕ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਦੁੱਧ ਦਾ ਛੱਪੜ ਇੱਕ ਮਤਲਬ ਕੀ ਹੈ ਵੀ ਘਰੇਲੂ ਝਗੜੇ ਨੂੰ ਲੈ ਕੇ ਲਿਖੀ ਗਈ ਇਸ ਦੀ ਕਹਾਣੀ ਹੈ। ਅਗਲੀ ਕਹਾਣੀ ਹੈ ਜਿਹੜੀ ਗੁਰਬਚਨ ਸਿੰਘ ਭੁੱਲਰ ਦੀ ਖੂਨ, ਬਹੁਤ ਸ਼ਾਨਦਾਰ ਕਹਾਣੀ ਹੈ, ਇਹਨੂੰ ਲੈ ਕੇ ਆਪਾਂ ਜਲਦੀ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ।